ਫਿਰ ਤੇ ਗੁਰੂ ਮਹਾਰਾਜ ਜੀ ਪਾਕੇ ਦਰਤਾਰ ਤੇ ਦਾੜੀ ਖੋਲ ਕੇ ਕਹਿੰਦਾ ਮੈਂ ਸਿੱਖਾਂ ਤੇ ਬਣਿਆ ਫਿਰਦਾ ਆਈਐਸਆਈ ਦਾ ਏਜੰਟ ਚਾਵਲਾ ਤੇਰੀ ਉਹਨੂੰ ਮੈਂ ਐਸੀ ਦੀ ਤੈਸੀ ਤੇਰੀ ਮੈਂ ਪਾਕਿਸਤਾਨ ਦੇ ਵਿੱਚ ਨਨਕਾਣਾ ਸਾਹਿਬ ਦੇ ਇਨਸੀਡੈਂਟ ਨੂੰ ਲੈ ਕੇ ਲਗਾਤਾਰ ਉਧੇ ਪਾਕਿਸਤਾਨ ਦੇ ਵਿਰੁੱਧ ਆਵਾਜ਼ ਚੁੱਕੀ ਜਾ ਰਹੀ ਹੈ ਸਾਡੇ ਨਾਲ ਮਜੂਨ ਨੇ ਮਨਿੰਦਰਜੀਤ ਸਿੰਘ ਬਟਾ ਬਟਾ ਸਾਹਿਬ ਕਿਸ ਤਰ੍ਹਾਂ ਦੇਦੇ ਉਹ ਨਨਕਾਣਾ ਸਾਹਿਬ ਦਾ ਇਨਸੀਡੈਂਟ ਹੈ ਇੰਡੀਆ ਦੇ ਵਿੱਚ ਲਗਾਤਾਰ ਪਾਕਿਸਤਾਨ ਦੇ ਵਿਰੁੱਧ ਆਵਾਜ਼ ਚੁੱਕੀ ਜਾ ਰਹੀ ਹੈ ਇਹ ਕਹਿਣਾ ਬਿਲਕੁਲ ਗਲਤ ਹੈ ਕਿ ਇੰਡੀਆ ਚੋ ਆਵਾਜ਼ ਚੁੱਕੀ ਜਾ ਰਹੀ ਹੈ ਪੂਰੀ ਦੁਨੀਆ ਦੇ ਵਿੱਚ ਕਿਉਂਕਿ ਗੁਰੂ ਨਾਨਕ ਦੇਵ ਜੀ ਮਹਾਰਾਜ ਇਕੱਲੇ ਸਿੱਖ ਸਮਾਜ ਦੇ ਨਹੀਂ ਸਨ Hindu ਸਮਾਜ secular ਮੁਸਲਮਾਨ ਸਭ ਦੇ ਸਨ ਔਰ ਪੂਰੀ ਦੁਨੀਆ ਤੋਂ ਉਹਨਾਂ ਨੂੰ ਸਭ ਨਮਰਤਕ ਕਰਦੇ ਨੇ ਤੁਸੀਂ ਕਰਤਾਰਪੁਰ ਸਾਹਿਬ ਦੇਖਾ ਹੋਵੇਗਾ ਦਿਹਾੜਾ ਹਿੰਦੁਸਤਾਨ ਤੋਂ ਜੋ ਗਏ ਗਏ ਦੁਨੀਆ ਤੋਂ ਕਿੰਨੀ ਦੁਨੀਆ ਆਈ ਔਰ ਨਨਕਾਣਾ ਸਾਹਿਬ ਲਈ ਜਦੋਂ ਵੀ ਉਹਨਾਂ ਦਾ ਤਿਹਾੜ ਦਿਨ ਦਿਹਾੜਾ ਆਉਂਦਾ ਹੈ ਹਮੇਸ਼ਾ ਲੋਕਾਂ ਦੀ ਇਹ ਰਹਿੰਦੀ ਹੈ ਖਾਹਿਸ਼ ਰਹਿੰਦੀ ਕਿ ਫਟਾਫਟ ਅਸੀਂ ਉਹਨਾਂ ਦੇ ਚਰਨਾਂ 'ਚ ਜਾਈਏ ਇਹ ਹਾਸਾ ਸੀ ਆਪਣੀ ਜ਼ਿੰਦਗੀ ਦੇ ਵਿੱਚ ਪਹਿਲੀ ਵਾਰੀ ਦੇਖਿਆ ਕਿ ਕਿਸੇ ਕੀ ਕਹਿ ਸਕਦੇ ਆ ਐਸੇ ਘਟਿਆ ਇਨਸਾਨ ਨੂੰ ਕਾਫਰ ਨੂੰ ਕਹਿ ਸਕਦੇ ਆ ਕਾਫਰ ਹੀ ਕਹਿ ਸਕਦੇ ਆ ਜਿਨ ਨੇ ਇਹ ਗੱਲ ਕਹੀ ਵੀ ਗੁਰੂ ਮਹਾਰਾਜ ਦਾ ਗੁਰਦੁਆਰਾ ਸਾਹਿਬ ਦਾ ਨਾਮ ਨੂੰ ਬਦਲ ਦਿਓ ਅਸੀਂ ਸਿੱਖਾਂ ਦੇ ਕਲਮ ਕਰਦੇ ਆਗੇ ਇਹਨਾਂ ਨੂੰ ਉੱਥੋਂ ਭਜਾ ਦੇਾਂਗੇ ਉਹਨੂੰ ਤਾਂ ਅਸੀਂ ਬਾਅਦ ਚ ਗੱਲ ਕਰਾਂਗੇ ਪਹਿਲੋ ਉੱਥੋਂ ਦਾ ਜਿਹੜਾ ਆਈਐਸਆਈ ਦਾ ਏਜੰਟ ਹੈ ਸਿਰ ਤੇ ਗੁਰੂ ਮਹਾਰਾਜ ਜੀ ਪਾ ਕੇ ਦਫ਼ਤਰ ਤੇ ਦਾੜ੍ਹੀ ਖੋਲ ਕੇ ਕਹਿੰਦਾ ਮੈਂ ਸਿੱਖਾਂ ਤੇ ਬਣਿਆ ਫਿਰਦਾ ਆਈਐਸਆਈ ਦਾ ਏਜੰਟ ਚਾਵਲਾ ਤੇਰੀ ਉਹਨੂੰ ਮੈਂ ਐਸੀ ਦੀ ਤੈਸੀ ਤੇਰੀ ਮੈਂ ਕੱਲ ਸਾਡੇ ਉੱਥੇ ਗੁਰੂ ਮਹਾਰਾਜ ਦਾ ਅਪਮਾਨ ਕਰਤਾ ਸਿੱਖ ਸਮਾਜ ਦਾ ਅਪਮਾਨ ਕਰਤਾ ਇਹਨੂੰ ਪੁੱਟੇ ਸਾਲੇ ਨੂੰ ਵੀ ਤੂੰ ਚੀਜ਼ ਕੀ ਹੈ ਉੱਥੇ ਸਵੇਰੇ ਆਪਣੀ ਫੋਟੋ ਖਿਚਾਉਣ ਲਈ ਜਿਹੜਾ ਅਸੀਂ ਇੱਥੇ ਕੰਮ ਕਰਦੇ ਰਹੇ ਕੋ ਕੰਮ ਹੋਣਾ ਨਾਲ ਹੀ ਫੋਟੋ ਖਿਚਾ ਲਓ ਅਖਬਾਰ 'ਚ ਉਹ ਤੂੰ ਕੰਮ ਕਰਨ ਰਿਹਾ ਉਹ ਗੁਰੂ ਮਹਾਰਾਜ ਦਾ ਅਪਮਾਨ ਕੋ ਛੋਟੀ ਜੀ ਗੱਲ ਸ਼ਾਂਤੀ ਦਾ ਸੰਦੇਸ਼ ਲੈ ਕੇ ਤੂੰ ਤੁਰ ਪਿਆ ਹੈ ਕੁਰਬਾਨੀਆਂ ਦੇ ਨੂੰ ਸਾਰੇ ਤਿਆਰ ਰੇ ਅਸੀਂ ਤਿਆਰ ਖੜੇ ਆ ਕੋਈ ਸਾਨੂੰ ਵਕਤ ਤਾਂ ਮਿਲੇ ਅਸੀਂ ਆਪ ਆਪਣਾ ਜਾ ਕੇ ਜੇ ਮੇਰਾ ਮੇਰਾ ਸਰੀਰ ਨਾ ਨਾ ਟੁੱਟਾ ਹੁੰਦਾ ਮੈਂ ਤੈਨੂੰ ਸੱਚੀ ਦੱਸਾਂ ਬੰਬਾਣਾ ਜਿੰਨਾ ਮੇਰੇ ਅੰਦਰ ਗੁੱਸਾ ਨਾ ਮੈਂ ਜਾਂਦਾ ਬਾਰਡਰ ਪਾਰ ਕਰਕੇ ਕਿਸੇ ਨਾ ਕਿਸੇ ਤਰੀਕੇ ਚ ਮਾਰ ਕੇ ਉੱਥੇ ਹੀ ਆਪਣਾ ਜੀਵਨ ਨਨਕਾਣਾ ਸਾਹਿਬ ਦੇ ਚਰਨਾਂ ਚ ਮੈਂ ਦੇ ਕੇ ਆਉਂਦਾ ਤੇ ਇਹ ਗਦਾਰ ਪਰਮਜੀਤ ਸਿੰਘ ਪੰਜਵਾੜ ਵਰਗੇ ਖਾਲਸਤਾਨ ਕਮਾਂਡੋ ਫੋਰਸ ਤੇ ਬੱਬਰ ਖਾਲਸਾ ਓਏ ਹਿੰਦੁਸਤਾਨ ਚ ਤੁਸੀਂ ਆਈਐਸਆਈ ਦੇ ਏਜੰਟਾਂ ਦੇ ਸਾਡੇ ਹਿੰਦੁਸਤਾਨ ਨੂੰ ਬਰਬਾਦ ਕਰਦੇ ਹੋ ਸਾਡੇ ਪੰਜਾਬ ਦੇ ਵਿੱਚ ਬੰਬਲਾਸਟ ਕਰਦਿਆਂ ਤੁਸੀਂ ਹਾਲਾਤ ਬਣਾਉਂਦੇ ਹੋ ਖਾਲਸਤਾਨ ਜਿੰਦਾਬਾਦ ਦੇ ਨਾਰੇ ਲਾਉਂਦੇ ਹੋ ਏਜੰਟ ਤੁਸੀਂ ਪਾਕਿਸਤਾਨ ਦੇ ਅੱਜ ਸਾਡੇ ਗੁਰੂ ਦਾ ਅਪਮਾਨ ਹੋਇਆ ਕਿੱਥੇ ਆਜ ਪੰਨੂ ਕਿੱਥੇ ਆਜ ਖਾਲਸਤਾਨ ਕਮਾਂਡੋ ਫੋਰਸ ਕਿੱਥੇ ਆ ਖਾਲਸਤਾਨ ਜਿੰਦਾਬਾਦ ਦੇ ਨਾਰੇ ਦੁਨੀਆ ਚ ਲੈਣ ਵਾਲੇ ਕਿੱਥੇ ਆ ਚਾਵਲਾ ਕਿੱਥੇ ਜਿਹੜੇ ਪਾਕਿਸਤਾਨ ਦੇ ਵਿੱਚ ਬੈਠੇ ਆਈਐਸਆਈ ਦੇ ਏਜੰਟ ਬਣੇ ਅੱਜ ਤੁਹਾਡਾ ਪਤਾ ਲੱਗ ਗਿਆ ਤੁਹਾਡੇ ਚਿਹਰੇ ਪਤਾ ਲੱਗ ਗਏ ਕਿ ਤੁਸੀਂ ਸਿੱਖ ਨਹੀਂ ਹੋ ਤੁਸੀਂ ਸਿੱਖ ਕੌਮ ਦੇ ਵੀ ਗद्दार ਹੋ ਤੁਸੀਂ ਭਾਰਤ ਦੇਸ਼ ਦੇ ਵੀ ਗद्दार ਹੋ ਔਰ ਤੁਸੀਂ ਉਥੋਂ ਦੇ ਪੰਗਾ ਪਾ ਕੇ ਗੁਰੂ ਮਹਾਰਾਜ ਜੀਆਂ ਸੋਹਣੀਆਂ ਦਸਤਾਰਾਂ ਅਪਮਾਨ ਕਰਦੇ ਤੁਹਾਡੇ ਗੁਰੂ ਦਾ ਅਪਮਾਨ ਹੋ ਗਿਆ ਇੱਥੇ ਤੁਸੀਂ ਗੋਲੀਆਂ ਚਲਾਉਂਦੇ ਹੋ ਇੱਥੇ ਤੁਸੀਂ ਬੰਬ ਚਲਾਉਂਦੇ ਹੋ ਇੱਥੇ ਤੁਸੀਂ 36000 ਰੁਪਏ ਗੁਨਾਹ ਕਰ ਕਤਲੇਆਮ ਕਰਤਾ ਉਹ ਸਾਡਾ ਗੁਰੂ ਗੁਰੂ ਨਾਨਕ ਦੇਵ ਜੀ ਸੱਚੇ ਪਾਤਸ਼ਾਹ ਮਹਾਰਾਜ ਉਹਨੂੰ ਗੁਰੂ ਦਾ ਅਪਮਾਨ ਸਾਡੇ ਦਾ ਹੋ ਗਿਆ ਤੇ ਤੁਸੀਂ ਕਿੱਥੇ ਗਾਇਬ ਹੋ ਕਿੱਥੇ ਨੇ ਅੱਜ ਅੱਜ ਪੰਜਾਬ ਦੇ ਉਹ ਲੀਡਰ ਕਿੱਥੇ ਨੇ ਜਿਹੜੇ ਖਾਲਸਾ ਜਿੰਦਬਾਦੀਆਂ ਗੱਲਾਂ ਕਰਨ ਵਾਲੇ ਕਿੱਥੇ ਨੇ ਪਾਕਿਸਤਾਨ 'ਤੇ ਪੰਨੂ ਵਰਗੇ ਬੈਠੇ ਇਹ ਮੇਰਾ ਉਹਨਾਂ ਨੂੰ ਬਹੁਤ ਵੱਡਾ ਸਵਾਲ ਹੈ ਮੈਂ ਤੁਹਾਨੂੰ ਫੇਰ ਬਾਰ-ਬਾਰ ਕਹਿੰਨਾ ਸਾਡੇ ਜਿਉਂ ਦਾ ਹੁਣ ਕੋਈ ਮਕਸਦ ਨਹੀਂ ਮੇਰੀਆਂ ਲੱਤਾਂ ਠੀਕ ਹੁੰਦੀਆਂ ਮੈਂ ਜ਼ਰੂਰ ਜਾਂਦਾ ਪਾਕਿਸਤਾਨ ਜ਼ਰੂਰ ਜਾਂਦਾ ਕਿਸੇ ਵੀ ਰੂਪ ਦੇ ਵਿੱਚ ਜਾਂਦਾ ਜੇ ਜੀ ਦਵਾਲ ਜਾ ਸਕਦਾ ਤੇ ਮੈਂ ਵੀ ਜਾ ਸਕਦਾ ਸੀ ਪਰ ਮੇਰੀਆਂ ਲੱਤਾਂ ਇਜਾਜ਼ਤ ਨਹੀਂ ਦਿੰਦੀ ਹੈ ਕੋ ਜਰਨਲ ਹੈ ਕੋ ਯੋਧਾ ਦੁਨੀਆਂ ਦੇ ਵਿੱਚ ਜਿਹੜਾ ਜਾ ਕੇ ਉਹਦਾ ਸਿਰ ਕਲਮ ਕਰਕੇ ਕੱਟ ਕਰਕੇ ਉਹਦਾ ਸਿਰ ਤੇ ਉੱਥੇ ਆਪਣੇ ਜੀਵਨ ਨੂੰ ਦੇਦੇ ਲੋਕ ਪੂਜਣਗੇ ਹੈ ਕੋਈ ਐਵੇਂ ਗੱਲਾਂ ਕਰਨੀਆਂ ਜੀ ਦਿਨ ਤਿਹਾੜੇ ਮਨਾਉਨੇ ਆ ਕਰ ਦਿਨ ਤਿਹਾੜੇ ਗੁਰੂ ਮਹਾਰਾਜ ਦੇ ਮਨਾਉਨੇ ਆ ਗੁਰੂ ਦਾ ਅਪਮਾਨ ਹੋ ਗਿਆ ਤੇ ਸਿੱਧੂ ਵਰਗੇ ਜਾ ਕੇ ਜੱਫੀਆਂ ਪਾਉਂਦੇ ਫਿਰਦੇ ਨੇ ਇਮਰਾਨ ਖਾਨ ਹੁਣ ਕਿੱਥੇ ਹੈ ਨਵਜੋਤ ਸਿੰਘ ਸਿੱਧੂ ਪੁੱਛਣਾ ਚਾਹਣਾ ਤੇਰਾ ਕੋ ਬਿਆਨ ਆਇਆ ਫਟ ਫੜਦਾ ਬਾਰਡਰ ਪਾਰ ਕਰਕੇ ਪਰਮਿਸ਼ਨ ਲੈ ਕੇ ਜਾਂਦਾ ਇਮਰਾਨ ਖਾਨ ਕੋਲ ਉੱਥੇ ਬੈਂਦਾ ਜਿੰਨੀ ਦੇਰ ਤੱਕ ਉਹ ਕਾਫਿਰ ਦੇ ਖਿਲਾਫ ਕਾਰਵਾਈ ਨਹੀਂ ਹੁੰਦੀ ਜਿੰਨੀ ਦੇਰ ਤੱਕ ਉਥੋਂ ਦੀ ਸਰਕਾਰ ਗਾਰੰਟੀ ਨਹੀਂ ਦਿੰਦੀ ਕਿ ਇਹ ਜਿੰਨੀ ਦੇਰ ਜੀਵਨ ਰਹੇਗਾ ਤੜ ਤੜ ਕੇ ਜੇਲ੍ਹ ਚ ਮਰੇਗਾ ਉਨੀ ਦੇਰ ਤੱਕ ਵਾਪਸ ਨਾ ਆਉਂਦਾ ਇਹ ਸਭ ਮੀਡੀਆ ਪੋਲਿਟਿਕਸ ਹੈ ਇਹ ਸਭ ਫੋਟੋ ਪੋਲਿਟਿਕਸ ਹੈ ਇਹ ਸਾਰੀ ਕੁਝ ਵੋਟ ਬੈਂਕ ਦੀ ਪੋਲਿਟਿਕਸ ਹੈ ਵੋਟ ਦੇ ਪਿੱਛੇ ਕੁਝ ਵੀ ਕਰਨ ਨੂੰ ਤਿਆਰ ਹੋਨੇ ਆ ਅਸੀਂ ਪ੍ਰਦਰਸ਼ਨ ਕੀਤਾ ਅਸੀਂ ਧਰਨਾ ਕੀਤਾ ਵਾਹ ਧਰਨਾ ਪ੍ਰਦਰਸ਼ਨ ਤੇਰੇ ਫੋਟੋ ਆ ਗਈ ਫੋਟੋ ਆ ਕੇ ਪਬਲਿਸਿਟੀ ਹੋ ਗਈ ਅਰੇ ਕੁਝ ਕੰਮ ਕਰਕੇ ਦਿਖਾਓ ਨਾ ਸਾਡੇ ਗੁਰੂਆਂ ਨੇ ਤਾਂ ਕੰਮ ਕੀਤੇ ਸੀ ਗੁਰੂ ਤੇਗ ਬਹਾਦਰ ਮਹਾਰਾਜ ਨੇ ਕੰਮ ਕੀਤੇ ਸੀ ਗੁਰੂ ਗੋਬਿੰਦ ਸਿੰਘ ਮਹਾਰਾਜ ਉਹਨਾਰੇ ਸਾਹਿਬ ਜਰਾਂ ਨੇ ਕੰਮ ਕੀਤੇ ਸੀ ਗੁਰੂ ਨਾਨਕ ਦੇਵ ਜੀ ਸੱਚੇ ਪਾਤਸ਼ਾਹ ਮਾਰਾ ਨੇ ਕਰਮ ਕੀਤੇ ਸੀ ਅਸੀਂ ਕਰਮ ਕੀ ਕੀਤੇ ਅਸੀਂ ਕਰਮ ਇਹ ਕੀਤੇ ਵੀ ਅਸੀਂ ਇਹਨਾਂ ਦੇ ਨਾਂ ਤੇ ਫੋਟੋਆਂ ਖਿਚਾਉਂਦੇ ਫਿਰਦੇ ਆ ਇਹਨਾਂ ਦੇ ਨਾਂ ਤੇ ਅਸੀਂ ਰਾਜਨੀਤੀ ਕਰਦੇ ਫਿਰਦੇ ਆ ਆ ਸਾਡੇ ਕਰਮ ਨੇ ਤੇ ਉੱਥੇ ਇਮਰਾਨ ਖਾਨ ਨਾਲ ਜੱਫੀਆਂ ਪਾਉਂਦੇ ਫਿਰਦੇ ਆ ਵੀ ਪੰਜਾਬ ਦੇ ਵਿੱਚ ਸਾਨੂੰ ਸਿੱਖ ਵੋਟਾਂ ਮਿਲ ਜਣਗੀਆਂ ਆ ਇਹਨਾਂ ਦੇ ਅੰਦਰੋਂ ਕਰਮ ਨੇ ਅੰਦਰੋਂ ਇਹਨਾਂ ਦੀ ਸੋਚ ਵੋਟ ਹੈ ਅੰਦਰੋਂ ਇਹਨਾਂ ਦਾ ਇਹਦੇ ਅੰਦਰ ਜੋ ਧਾਰਮਿਕ ਕੋਈ ਚੀਜ਼ਾਂ ਨਹੀਂ ਇਹਨਾਂ ਦੇ ਅੰਦਰ ਹੈਗੀਆਂ ਇਹਨਾਂ ਦੇ ਅੰਦਰ ਧਰਮ ਧਰਮ ਕੋਈ ਨਹੀਂ ਇਹਨਾਂ ਦੀ ਚੀਜ਼ ਵੋਟ ਹੈ ਵੋਟ ਦੇ ਪਿੱਛੇ ਕਿਸੇ ਲਿਮਟ ਤੱਕ ਇਹ ਲੋਕ ਚਲੇ ਜਾਂਦੇ ਤੁਹਾਨੂੰ ਲੱਗਦਾ ਹੈ ਕਿ ਕਤਾਰਪੁਰ ਲਾਂਗੇ ਦੇ ਓਪਨਿੰਗ ਵੇਲੇ ਸਿੱਖਾ ਦਾ ਰੈ ਨੂੰ ਮਾਂ ਤੱਕ ਕੈਦ ਕੀਤਾ ਗਿਆ ਸੀਗਾ Imran Khan ਨੂੰ Navjot Singh Sidhu ਵੱਲੋਂ ਹੁਣ ਇਸ ਮਸਲੇ ਤੇ ਸਿੱਧੇ ਸਿੱਧੀ ਗੱਲਬਾਤ ਕਰਨੀ ਚਾਹੀਦੀ ਸੀ Navjot Singh Sidhu ਨੂੰ ਦੇਖੋ ਗੱਲ ਇਹ ਹੈ ਪੰਜਾਬ ਬਰਬਾਦ ਕਿਉਂ ਹੋਇਆ ਪੰਜਾਬ ਦੀ ਵੋਟ ਵੋਟਪੈਂਕ ਦੀ ਪੋਲਿਟਿਕਸ ਨੇ ਤਬਾਹ ਕੀਤਾ ਪੰਜਾਬ ਦੇ ਵਿੱਚ ਸੋ ਚਾਰ ਪੰਜ ਲੀਡਰਾਂ ਨੇ ਅੱਜ ਵੀ ਕਈ ਬੜੇ ਪਾਵਰਫੁੱਲ ਹੋਣਗੇ ਜਿਨ੍ਹਾਂ ਨੇ ਖਾਲਸਾਤਾਨ ਦਾ ਆਨੰਦਪੁਰ ਸਾਹਿਬ ਦੇ ਵਿੱਚ ਨਾਅਰਾ ਦਿੱਤਾ ਸੀ ਇਹਦੇ ਪਿੱਛੇ ਕੌਣ ਸੀ ਇਹਦੇ ਪਿੱਛੇ ਪਾਕਿਸਤਾਨ ਸੀ ਔਰ ਮੁੱਦਾ ਕੀ ਸੀ ਵੋਟ ਬੈਂਕ ਪੋਲਿਟਿਕਸ ਨਾ ਖਾਲਸਾਤਾਨ ਤੇ ਨਾ ਇਹਨਾਂ ਦੇ ਪਿੱਛੇ ਧਰਮ ਹੈ ਇਹਨਾਂ ਨੂੰ ਪੁੱਛੇ ਖਾਲਸਾਤਾਨ ਦਾ ਮਤਲਬ ਕੀ ਹੈ ਪੰਜਾਬ ਤਾਂ ਅਸੀਂ ਸੰਭਾਲ ਨਹੀਂ ਸਕੇ ਪੰਜਾਬ ਤਾਂ ਅਸੀਂ ਸੰਭਾਲ ਨਹੀਂ ਸਕੇ ਪੰਜਾਬ ਦੀ ਜਿਹੜੀ ਗੁਰੂ ਮਹਾਰਾਜ ਜੀ ਪਵਿੱਤਰ ਸਿੱਖੀ ਆ ਉਹਨੂੰ ਤਾਂ ਸੰਭਾਲ ਨਹੀਂ ਸਕੇ ਉਹਨੂੰ ਤਾਂ ਪਰਫੁੱਲਤ ਕਰ ਨਹੀਂ ਸਕੇ ਚੱਲ ਪਏ ਅਸੀਂ ਗੱਲਾਂ ਕਰਨ ਸਵਾਲ ਸਭ ਤੋਂ ਵੱਡਾ ਮੈਂ ਇੱਕ ਸਭ ਨੂੰ ਕਹਿਣਾ ਚਾਹੁੰਦਾ ਯਾਦ ਰੱਖਣਾ ਜਿਹੜਾ ਗੁਰੂ ਮਹਾਰਾਜ ਜੀ ਪਵਿੱਤਰ ਸਿੱਖੀ ਦੇ ਨਾਂ ਦੇ ਪੋਲਿਟਿਕ ਕਰੇਗਾ ਜਿਹੜਾ ਵੋਟ ਬੈਂਕ ਦੀ ਪੋਲਿਟਿਕ ਕਰੇਗਾ ਉਹਦੇ ਆਣ ਵਾਲਾ ਟਾਈਮ ਹੋਰ ਵਧੀਆ ਨਹੀਂ ਹੋਏਗਾ ਥੋੜੀ ਦੇਰ ਲਈ ਬੱਲੇ ਬੱਲੇ ਹੋ ਸਕਦੀ ਹੈ ਬਾਅਦ ਚ ਉਹ ਥੱਲੇ ਥੱਲੇ ਹੀ ਜਾਏਗਾ ਇੱਕ ਇੱਕ ਹੋਰ ਖਬਰ ਆ ਰਹੀ ਹੈ ਹੁਣੇ-ਹੁਣੇ ਪਾਕਿਸਤਾਨ ਦੇ ਇੱਕ ਸਿੱਖ ਐਂਕਰ ਦੇ ਬ੍ਰਦਰ ਦੀ ਕੱਲ ਰਾਤ ਨੂੰ ਗੋਲੀਆਂ ਮਾਰ ਕੇ ਉਹਨਾਂ ਨੂੰ ਕਤਲ ਕਰ ਦਿੱਤਾ ਗਿਆ ਕੀ ਸਮਝਦੇ ਹੋ ਕੋਈ ਲਗਾਤਾਰ ਇਨਸੀਡੈਂਟ ਪਹਿਲਾਂ ਨਨਕਾਣਾ ਸਾਹਿਬ ਦੇ ਵਿੱਚ ਇਸ਼ੂ ਨੂੰ ਲੈ ਕੇ ਕਾਫੀ ਉੱਤੇ ਜੋ ਮੈਨੂੰ ਲੱਗਦਾ ਇਹ ਜਿਹੜੀ ਨਨਕਾਣਾ ਸਾਹਿਬ ਚ ਸਾਜ਼ਿਸ਼ ਹੋਈ ਹੈ ਇਹ ਆਈਐਸਆਈ ਦੀ ਬੜੀ ਵੱਡੀ ਦੀਨ ਹੈ ਜੋ ਮੈਨੂੰ ਲੱਗਦਾ ਕਿਉਂਕਿ ਇੱਥੇ ਨਾਗਰਿਕਤਾ ਦੇ ਬਿੱਲ ਦੇ ਉੱਤੇ ਬੜੀ ਚਰਚਾ ਔਰ ਬੜੇ ਪ੍ਰਦਰਸ਼ਨ ਇੱਥੇ ਹੋ ਰਹੇ ਨੇ ਬੜੀ ਚਰਚਾ ਦਾ ਵਿਸ਼ਾ ਬਣਿਆ ਤੇ ਜੋ ਮੇਰਾ ਮਨ ਕਹਿੰਦਾ ਤੇ ਆਈਐਸਆਈ ਨੇ ਉਧਰ ਦੇ ਵਿੱਚ ਇੱਕ ਚੀਜ਼ ਨੂੰ ਛੇੜ ਕੇ ਰੱਖ ਦਿੱਤਾ ਹੈ ਸੇ ਕੌਮ ਦੀਆਂ ਭਾਵਨਾਵਾਂ ਨੂੰ ਪੜਕਾ ਦਿੰਦਾ ਹੈ ਉਹ ਸਾਰੀ ਚੀਜ਼ ਨੂੰ ਦੂਜੇ ਪਾਸੇ ਉਹਨਾਂ ਨੇ ਕਰ ਦਿੱਤਾ ਔਰ ਇਹ ਚੀਜ਼ਾਂ ਆ ਕੇ ਹੋਣਗੀਆਂ ਇੱਕ ਵਾਰੀ ਇਹ ਜਿਹੜੀ ਅੱਗ ਲੱਗੀ ਹੈ ਅੱਗੇ ਹੋਣਗੀਆਂ ਅਗਰ ਸੈਂਟਰ ਗਵਰਨਮੈਂਟ ਨੇ ਅਗਰ ਧਾਰਮਿਕ ਸਾਡੀਆਂ ਸੰਸਥਾਵਾਂ ਦੁਨੀਆ ਦੀਆਂ ਔਰ ਖਾਸ ਤੌਰ ਤੇ ਪੰਨੂ ਵਰਗਾ ਜਿਹੜਾ ਕਹਿੰਦਾ ਹੈ ਪਾਕਿਸਤਾਨ ਦੇ ਆਈਐਸਆਈ ਦੇ ਏਜੰਟਾਂ ਨਾਲ ਮਿਲ ਕੇ ਖਾਰਸਤਾਨ ਦੀਆਂ ਗੱਲਾਂ ਕਰਦਾ ਜਿਹੜਾ ਕਹਿੰਦਾ ਮੇਰਾ ਉੱਥੇ ਦਫ਼ਤਰ ਹੈ ਇਹ ਨਾਤਾ ਤੋੜੇ ਤੋੜੇ ਨਾਤਾ ਕਾਹ ਹੈ ਹਿੰਦੁਸਤਾਨ ਨੂੰ ਵੀ ਹਿੰਦੁਸਤਾਨ ਦੇ ਨਾਲ ਅਸੀਂ ਉਥੋਂ ਦੇ ਨਾਗਰਿਕ ਕਾਹੇ ਉਹ ਇੱਕ ਪਾਸੇ ਤੁਸੀਂ ਖਾਲਸਤਾਨ ਖਾਲਸਤਾਨ ਦਾ ਮਤਲਬ ਕੀ ਹੈ ਖਾਲਸਤਾਨ ਦਾ ਮਤਲਬ ਪਾਕਿਸਤਾਨ ਦੇ ਨਾਲ ਤੁਸੀਂ ਮਿਲ ਜਾਓ ਇਹ ਮਤਲਬ ਹੈ ਉਹ ਪਾਕਿਸਤਾਨ ਸਾਡੇ ਗੁਰਦੁਆਰੇ ਦਾ ਪਾਨ ਕਰਦਾ ਜੇ ਪਾਕਿਸਤਾਨ ਦੇ ਵਿੱਚ ਇੰਨਾ ਹੀ ਸਾਡੇ ਨਾਲ ਪਿਆਰ ਹੁੰਦਾ ਆ ਕਰਤਾਰਪੁਰ ਸਾਹਿਬ ਕਿੰਨਾ ਕੁ ਦੂਰ ਕਿੰਨੇ ਕੁ ਦੂਰ ਸਨ ਕਹਿੰਦਾ ਜੀ ਆਹ ਤੁਹਾਡੀ ਜ਼ਮੀਨ ਆ ਆ ਸਾਨੂੰ ਦੇ ਦਿਓ ਤੇ ਆਹ ਤੁਸੀਂ ਲੈ ਲਓ ਜੇ ਇੰਨੀ ਹਮਦਰਦੀ ਹੁੰਦੀ ਕਾਰੀ ਹਮਦਰਦੀ ਕੀਤੀ ਨਨਕਾਣਾ ਸਾਹਿਬ ਦੇ ਉੱਤੇ ਇੱਡਾ ਵੱਡਾ ਹਮਲਾ ਕਰ ਦਿੱਤਾ ਔਰ ਕਹਿ ਦਿੱਤਾ ਇਹਦਾ ਨਾਂ ਬਦਲ ਦਿਆਂਗੇ ਹਿੰਦੁਸਤਾਨ ਦੇ ਵਿੱਚ ਕਿਤੇ ਹੁੰਦਾ ਅੱਜ ਹਿੰਦੁਸਤਾਨ ਦਾ ਪੂਰਾ ਸਿੱਖ ਸਮਾਜ ਇੱਕ ਇੱਕ ਨੌਜਵਾਨ ਹਿੰਦੂ ਵੀ ਭਰਾ ਵੀ ਨਿਕਲਦਾ ਟੁਕੜੇ ਟੁਕੜੇ ਕਰਕੇ ਆਪਣੇ ਸਾਹਮਣੇ ਉਹਨਾਂ ਕੁੱਤਿਆਂ ਦੇ ਅੱਗੇ ਫੁੱਟ ਦਿੰਦਾ ਜੇ ਹਿੰਦੁਸਤਾਨ ਚ ਹੁੰਦਾ ਸਾਡੀਆਂ ਮਜਬੂਰੀਆਂ ਅਸੀਂ ਉੱਥੇ ਜਾ ਨਹੀਂ ਸਕਦੇ ਪਰ ਉਹ ਕਿੱਥੇ ਪਰਮਜੀਤ ਸਿੰਘ ਪੰਜਵਾੜਾ ਉਹ ਖਾਲਿਸਤਾਨ ਦੇ ਏਜੰਟ ਉਹ ਖਾਲਿਸਤਾਨ ਦੀਆਂ ਗੱਲਾਂ ਕਰਨ ਵਾਲੇ ਜਿਹੜੇ ਪਾਕਿਸਤਾਨ ਦੇ ਟੁੱਕਰ ਖਾ ਕੇ ਆਪਣੇ ਗੁਰੂ ਮਹਾਰਾਜ ਦਾ ਅਪਮਾਨ ਕਰ ਰਹੇ ਤੁਸੀਂ ਕਿੱਥੇ ਹੋ ਅਸੀਂ ਤਾਂ ਮਜਬੂਰ ਆ ਤੁਸੀਂ ਕਿੱਥੇ ਤੁਹਾਡੀਆਂ ਮਜਬੂਰੀਆਂ ਕਿੱਥਾਂ ਨੇ ਤੁਹਾਡੀਆਂ ਜਮੀਰਾਂ ਕਿੱਥੇ ਨੇ ਤੁਸੀਂ ਹਿੰਦੂਸਤਾਨ ਦੇ ਵਿੱਚ ਆ ਕੇ ਤੁਸੀਂ ਖਾਲਸਤਾਨ ਦੀਆਂ ਗੱਲਾਂ ਕਰਤੀਆਂ ਤੁਸੀਂ ਬੇਗੁਨਾ ਲੋਕਾਂ ਦਾ ਕਤਲ ਕਰਕੇ ਭੱਜ ਗਏ ਪਾਕਿਸਤਾਨ ਤੇ ਹੁਣ ਤੁਹਾਡੇ ਗੁਰੂ ਦਾ ਅਪਮਾਨ ਕਿੱਥੇ ਹੋ ਤੁਸੀਂ ਉਹ ਪੰਜ ਬਾੜ ਤੂੰ ਕਿੱਥੇ ਆ ਬੱਬਰ ਖਾਲਸਾ ਕਿੱਥੇ ਹੈ ਖਾਲਸਤਾਨ ਕਮਾਂਡੋ ਫੋਰਸ ਕਿੱਥੇ ਹੈ ਜਰਮਨੀ ਕੈਨੇਡਾ 'ਚ ਬੈਠੇ ਹੋ ਕੀ ਕਰਦੇ ਫਿਰਦੇ ਹੋ ਤੁਸੀਂ ਤੁਹਾਡੇ ਗੁਰੂ ਦਾ ਅਪਮਾਨ ਹੋ ਗਿਆ ਯਾਰ ਔਰ ਅਸੀਂ ਚੁੱਪ ਬੈਠੇ ਆ ਜਿੰ ਦੁਨੀਆ ਦੇ ਵਿੱਚ ਜਿੰਨੇ ਵੀ ਕੰਟਰੀ 'ਚ ਬੈਠਾ ਨਾ ਸਿੱਖ ਸਮਾਜ ਉਥੋਂ ਦੇ ਜ਼ਿੰਮੇਦਾਰ ਲੋਕਾਂ ਨੂੰ ਮਿਲ ਅਮਰੀਕਾ ਕੈਨੇਡਾ ਜਰਮਨੀ ਯੂਕੇ ਉਥੋਂ ਪ੍ਰੈਸ਼ਰ ਪਾਣ ਯੂਨਾਈਟਿਡ ਨੇਸ਼ਨ ਤੇ ਜਾਣ ਔਰ ਇਹਦੀ ਸਖਤ ਕਾਰਵਾਈ ਹੋਏ ਸਾਨੂੰ ਮਾਫੀ ਦੀ ਕੋਈ ਲੋੜ ਨਹੀਂ ਉਹ ਮਾਫੀ ਮੰਗ ਰਾ ਸੀ ਬਿਲਕੁਲ ਮਾਫ ਕਰਨ ਨੂੰ ਅਸੀਂ ਕੌਣਾ ਮਾਫ ਕਰਨ ਵਾਲੇ ਲੱਖ ਵਾਰ ਮਰ ਕੇ ਜਨਮ ਲੈ ਲਿਆ ਕਿ ਅਸੀਂ ਲੁੱਟੇ ਸਾਡੇ ਨੂੰ ਮਾਫ ਕੀਤਾ ਇਹ ਸਾਰੇ ਵੋਟਾਂ ਦੀ ਖਾਤਰ ਚਲੇ ਕੇ ਮਾਰਜ ਵੀ ਖੜਾ ਤੇ ਕਿੱਦਾਂ ਇਹਨੂੰ ਮਾਫ ਕਰ ਸਕਦੇ ਨੇ ਸਾਡੇ ਗੁਰੂ ਤੇ ਹਮਲਾ ਕੀਤਾ ਸਾਡੇ ਗੁਰੂ ਨਾਲ ਨਾ ਬਦਲਣ ਦੀ ਕੋਸ਼ਿਸ਼ ਕੀਤੀ ਹੈ ਕੁਝ ਕਰਕੇ ਦਿਖਾइए ਨਿਕਲੇ ਕੋ ਯੋਦਾਇਆ ਸਾ ਜਿਹੜਾ ਉਹ ਉੱਥੇ ਜਾ ਕੇ ਟੁਕੜੇ ਟੁਕੜੇ ਕਰਕੇ ਆਵੇ ਨਹੀਂ ਤੇ ਉੱਥੇ ਹੀ ਆਪਣੀ ਆਪਣਾ ਸ਼ਹੀਦ ਹੋ ਜਾਵੇ ਮੰਨਾਂਗੇ ਇਹ ਬੱਬਰ ਸ਼ੇਰ ਹੈ ਕੋ ਕਰਕੇ ਤਾਂ ਦਿਖਾਵੇ ਨਹੀਂ ਤੇ ਤੁਸੀਂ ਸਾਰੇ ਹੀ ਪਾਕਿਸਤਾਨ ਦੇ ਏਜੰਟੋ ਇਹ ਜਿਹੜੇ ਖਾਲਸਾਆਂ ਦੀਆਂ ਗੱਲਾਂ ਕਰਨ ਵਾਲੇ ਜੀ ਬਿਲਕੁਲ ਐਸੀ ਮਨਿੰਦਰਜੀਤ ਸਿੰਘ ਬਟਾ ਜਿਨ੍ਹਾਂ ਦਾ ਸਾਫ਼ ਕਹਿਣਾ ਹੈ ਕਿ ਨਨਕਾਣਾ ਸਾਹਿਬ ਦਾ અપਮਾਨ ਕਿਸੇ ਵੀ ਕੀਮਤ ਤੇ ਬਰਦਾਸ਼ਤ ਨਹੀਂ ਕੀਤਾ ਜਾਵੇਗਾ ਤਾਂ ਜਿਹੜੇ ਪਾਕਿਸਤਾਨ ਦੇ ਵਿੱਚ ਸਿੱਖੀ ਦੀ ਗੱਲ ਕਰਨ ਵਾਲੇ ਲੋਕ ਬੈਠੇ ਨੇ ਉਹਨਾਂ ਨੂੰ ਇਸ ਮੁੱਦੇ ਨੂੰ ਲੈ ਕੇ ਸਾਹਮਣੇ ਆਣਾ ਚਾਹੀਦਾ ਨਹੀਂ ਤਾਂ ਉਹ ਬਿਲਕੁਲ ਪਾਕਿਸਤਾਨ ਦੇ ਏਜੰਟੀ ਭਾਰਤ ਦੇ ਵਿੱਚ ਕਹਿ ਲਾਂ ਤੇ ਦੂਜੇ ਪਾਸੇ ਨਵਜੋਤ ਸਿੰਘ ਸੁੱਧੂ ਦੀ ਚੁੱਪੀ ਦੇ ਵੀ ਉਹਨਾਂ ਨੇ ਵੱਡੇ ਸਵਾਲ ਖੜੇ ਕੀਤੇ ਨੇ